ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ। ਰੋਜ਼ਾਨਾ ਵਾਲੀ ਤਰ੍ਹਾਂ ਗੱਲਾਂ ਮੰਡੀ ਗੋਜਰੇ ਅੰਦਰ ਮੌਜੂਦ ਆ ਔਰ ਮੰਡੀ ਦੇ ਅੰਦਰ ਆਈਆਂ ਹੋਈਆਂ ਅੱਜ ਦੀਆਂ ਜਿਨਸਾਂ ਉਹਨਾਂ ਦੇ ਰੇਟ ਜਿਹੜੇ ਆ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ। ਰੇਟ ਦੱਸੋ ਤੋਂ ਪਹਿਲਾਂ ਦੋਸਤਾਂ ਨੂੰ ਅਸੀਂ ਅੱਜ ਦੀ ਵੀਡੀਓ ਦਿਖਾਉਂਦੇ ਹਾਂ ਰਸ਼ ਕਿ ਕਿੰਨਾ ਕੁ ਰਸ਼ ਹੈ, ਪਹਿਲਾਂ ਰਸ਼ ਦੇਖਦੇ ਹਾਂ। ਜ਼ਿੰਮੇਦਾਰ ਭਾਈਆਂ ਨੇ ਰਸ਼ ਦੇਖਿਆ ਕਿ ਅੱਜ ਜਿਹੜਾ ਰਸ਼ ਆ ਖਾਸ ਕਰ ਮੱਕੀ ਦਾ ਬਹੁਤ ਜ਼ਿਆਦਾ ਰਸ਼ ਨਜ਼ਰ ਆਇਆ ਵਾ। ਇਸ ਤੋਂ ਬਾਅਦ ਗੰਦਮ ਵੀ ਮਕਈ ਮੰਡੀ ਤੋਂ ਪਹੁੰਚੀ ਆ, ਬਾਕੀ ਜਿਨਸਾਂ ਪਹੁੰਚੀਆਂ ਬਾਹਰ ਕੈਬ, ਮਕਈ ਦਾ ਰਸ਼ ਜਿਹੜਾ ਵਾ ਉਹ ਕਾਫੀ ਨਜ਼ਰ ਆ ਰਿਹਾ ਵਾ। ਹੁਣ ਅਸੀਂ ਜਿਨਸਾਂ ਆਉਂਦੇ ਹਾਂ ਕਿ ਜਿਹੜੀਆਂ ਜਿਨਸਾਂ ਪਹੁੰਚੀਆਂ ਮੰਡੀ ਅੰਦਰ ਕੀ ਰੇਟ ਰਹੇ ਆ, ਪਹਿਲਾਂ ਰੇਟ ਸ਼ੇਅਰ ਕਰਦੇ ਹਾਂ। ਅਗਰ ਗੱਲ ਕਰੀਏ ਮੌਸਮੀ ਮੱਕੀ ਦੀ, ਮੌਸਮੀ ਮੱਕੀ ਜਿਹੜੀ ਆ 1800 ਤੋਂ ਲੱਗ ਕੇ 2070 ਤੱਕ ਜਿਹੜੀ ਆ ਉਹ ਮੌਸਮੀ ਮੱਕੀ ਮੰਡੀ ਅੰਦਰ ਸੇਲ ਹੋਈ ਆ। ਇਸ ਤੋਂ ਬਾਅਦ ਬਹਾਰੀਆ ਮੱਕੀ, ਨਵੀਂ ਬਹਾਰੀਆ ਮੱਕੀ ਜਿਹੜੀ ਆ ਉਹਦੀ ਗੱਲ ਕਰਾਂਗੇ, ਕਿਉਂਕਿ ਲੋਕ ਜਿਹੜੇ ਆ ਬਹਾਰੀਆ ਮੱਕੀ ਲੈ ਕੇ ਆ ਰਹੇ ਨੇ ਉਹ ਜ਼ਿਆਦਾ ਗਿੱਲੀ ਹੁੰਦੀ ਹੈ, ਇਸ ਕਰਕੇ ਰਸ਼ ਜਿਹੜਾ ਵਾ ਉਹਦਾ ਰੇਟ ਜਿਹੜਾ ਕਮ ਲੱਗਦਾ ਵਾ, ਮੌਸਚਰ ਜ਼ਿਆਦਾ ਹੁੰਦਾ ਵਾ 20 ਤੋਂ 23 ਹੁੰਦੀ ਆ, 18-20 ਤੋਂ। ਅਗਰ 16-17 ਜਾਂ 15 ਹੋਵੇ ਫਿਰ ਰੇਟ ਅੱਛਾ ਲੱਗੇਗਾ। ਬਾਹਰ ਨਵੀਂ ਮੱਕੀ ਆ ਰਹੀ ਆ ਉਹਦਾ ਮੌਸਚਰ ਜ਼ਿਆਦਾ ਵਾ, ਗਿੱਲੀਆਂ ਮੱਕੀ ਲੈ ਕੇ ਆ ਰਹੇ ਨੇ, ਇਸ ਕਰਕੇ ਇਹਦਾ ਰੇਟ ਜਿਹੜਾ ਵਾ 1800 ਤੋਂ ਲਾ ਕੇ 2020-30 ਦੇ ਦਰਮਿਆਨ ਜਿਹੜੀ ਆ ਉਹ ਬਹਾਰੀਆ ਮੱਕੀ ਜਿਹੜੀ ਆ ਨਵੀਂ ਉਹ ਸੇਲ ਹੋਈ ਆ। ਹੁਣ ਆਉਂਦੇ ਪੁਰਾਣੀ ਬਹਾਰੀਆ ਮੱਕੀ ਵੱਲ, ਪੁਰਾਣੀ ਬਹਾਰੀਆ ਮੱਕੀ ਜਿਹੜੀ ਆ 1800 ਤੋਂ ਲੱਗ ਕੇ 2100 ਤੱਕ ਜਿਹੜੀ ਆ ਉਹ ਪੁਰਾਣੀ ਬਹਾਰੀਆ ਮੱਕੀ ਮੰਡੀ ਅੰਦਰ ਸੇਲ ਹੋ ਰਹੀ ਆ। ਅਗਰ ਗੱਲ ਕਰੀਏ ਗੰਦਮ ਦੀ, ਗੰਦਮ ਦਾ ਰੇਟ ਜਿਹੜਾ ਵਾ ਕਾਫੀ ਥੱਲੇ ਆ ਗਿਆ ਵਾ, 2500 ਤੋਂ ਲੱਗ ਕੇ 2650 ਤੱਕ ਜਿਹੜੀ ਆ, 2700 ਤੱਕ ਲਾਸਟ ਜਿਹੜੀ ਗੰਦਮ ਆ ਉਹ ਮੰਡੀ ਦੇ ਅੰਦਰ ਵਿਕੀ ਅੱਜ। ਅਗਰ ਗੱਲ ਕਰੀਏ ਬਾਜਰੇ ਦੀ, ਬਾਜਰੇ ਰੇਟ ਜਿਹੜਾ ਵਾ 2500 ਤੋਂ ਲੱਗ ਕੇ 2650 ਤੱਕ ਜਿਹੜਾ ਵਾ ਬਾਜਰਾ ਮੰਡੀ ਅੰਦਰ ਸੇਲ ਹੋ ਰਿਹਾ। ਹੁਣ ਗੱਲ ਕਰਦੇ ਹਾਂ ਸਰ੍ਹੋਂ ਦੀ, ਸਰ੍ਹੋਂ ਦਾ ਰੇਟ ਉਹੀ ਦਿਨ ਬ ਦਿਨ ਥੱਲੇ ਆ ਰਿਹਾ ਵਾ, 5500 ਤੋਂ ਲੱਗ ਕੇ 6000 ਤੱਕ ਜਿਹੜੀ ਆ ਉਹ ਮੰਡੀ ਦੇ ਅੰਦਰ ਸਰ੍ਹੋਂ ਸੇਲ ਹੋ ਰਹੀ ਆ। ਇਸ ਤੋਂ ਬਾਅਦ ਦਿੱਲੀ ਦੀ ਗੱਲ ਕਰਾਂਗੇ, ਦਿੱਲੀ ਦਾ ਰੇਟ ਵੀ ਦਿਨ ਬ ਦਿਨ ਜਿਹੜਾ ਵਾ ਉਹ ਗਿਰਾਵਟ ਦਿਨ ਜਾ ਰਿਹਾ ਵਾ, ਕਾਫੀ ਦਿਨ ਕਾਫੀ ਮੰਥ ਜਿਹੜਾ 16000 ਤੱਕ ਰਹੀ ਆ ਜਿਹੜੀ ਦਿੱਲੀ ਆ। ਅਗਰ ਅੱਜ ਦੀ ਗੱਲ ਕਰੀਏ ਅੱਜ ਦਿੱਲੀ ਵਿਕੀ ਆ 13000 ਤੋਂ ਲਾ ਕੇ 14500 ਤੱਕ, ਸਭ ਤੋਂ ਕਮ ਸਤਰ ਤੇ ਜਿਹੜੀ ਆ ਉਹ ਦਿੱਲੀ ਆ ਗਈ ਆ, 14500 ਤੱਕ ਜਿਹੜੀ ਆ ਉਹ ਮੰਡੀ ਦੇ ਅੰਦਰ ਦਿੱਲੀ ਸੇਲ ਹੋਈ ਆ। ਹੁਣ ਗੱਲ ਕਰਾਂਗੇ ਲਾਲਚਰੀ ਦੀ, ਲਾਲਚਰੀ ਜਿਹੜੀ ਆ 510 ਤੋਂ ਲਾ ਕੇ 3300 ਤੱਕ ਜਿਹੜੀ ਆ ਉਹ ਲਾਲਚਰੀ ਸੇਲ ਹੋ ਰਹੀ ਆ। ਇਸ ਤੋਂ ਬਾਅਦ ਸਫੇਦ ਚਰੀ ਦੀ ਗੱਲ ਕਰਾਂਗੇ, ਸਫੇਦ ਚਰੀ ਜਿਹੜੀ ਆ 2600 ਤੋਂ ਲਾ ਕੇ 2800 ਦੇ ਦਰਮਿਆਨ ਜਿਹੜੀ ਆ ਉਹ ਸਫੇਦ ਚਰੀ ਸੇਲ ਹੋ ਰਹੀ ਆ। ਅਗਰ ਗੱਲ ਕਰੀਏ ਗੁੜ ਦੀ, ਗੁੜ ਜਿਹੜਾ ਵਾ 4400 ਤੋਂ ਲਾ ਕੇ 5930 ਤੱਕ ਜਿਹੜਾ ਵਾ ਉਹ ਮੰਡੀ ਦੇ ਅੰਦਰ ਗੁੜ ਸੇਲ ਹੋ ਰਿਹਾ। ਬਾਹਰ ਉਸ ਹਿਸਾਬ ਦੇ ਨਾਲ ਗੁੜ ਨਹੀਂ ਆ ਰਿਹਾ, ਚੰਦ ਲੋਕ ਜਿਹੜੇ ਆ ਗੁਲਾਮ ਨਵੇਂ ਜਾੜ ਅਤੇ ਦੂਸਰੀ ਆੜ ਤਾਂ ਕਮ ਆੜ ਤੱਕ ਜੋੜ ਤੇ ਲੈ ਕੇ ਆਉਂਦੇ ਨੇ। ਬਹਰਹਾਲ 5900 ਤੱਕ ਜਿਹੜਾ ਵਾ ਉਹ ਮੰਡੀ ਦੇ ਅੰਦਰ ਗੁੜ ਵਿਕਿਆ ਵਾ। ਇਸ ਤੋਂ ਬਾਅਦ ਜੰਤਰ ਦੀ ਗੱਲ ਕਰਾਂਗੇ, ਜੰਤਰ ਦਾ ਰੇਟ ਜਿਹੜਾ ਵਾ ਉਹ ਵੀ ਤੁਹਾਨੂੰ ਪਤਾ ਕਿ 5000-6000 ਤੱਕ ਰਿਹਾ ਵਾ, ਲੇਕਿਨ ਅੱਜ ਜਿਹੜਾ ਵਾ ਜੰਤਰ ਦਾ ਰੇਟ 2500 ਤੋਂ ਲੱਗ ਕੇ 4000 ਦੇ ਦਰਮਿਆਨ ਜਿਹੜਾ ਵਾ ਉਹ ਜੰਤਰ ਸੇਲ ਹੋ ਰਿਹਾ ਵਾ। ਕਿਉਂਕਿ ਸੀਜ਼ਨ ਨਹੀਂ ਹੈ ਜੰਤਰ ਦਾ, ਇਸ ਕਰਕੇ ਲੋਕਾਂ ਕੋਲ ਜਿਹੜਾ ਥੋੜ੍ਹਾ ਬਹੁਤਾ ਬਾਬਟ ਪਿਆ ਸੀ ਉਹ ਲੋਕ ਜਿਹੜੇ ਆ ਉਹ ਮੰਡੀ ਨੂੰ ਲੈ ਕੇ ਆਏ ਨੇ। 4000 ਤੱਕ ਲਾਸਟ ਜਿਹੜਾ ਵਾ ਉਹ ਮੰਡੀ ਦੇ ਅੰਦਰ ਜੰਤਰ ਸੇਲ ਹੋ ਰਿਹਾ। ਹੁਣ ਐਂਡ 'ਤੇ ਗੱਲ ਕਰਾਂਗੇ ਪੀਲੀ ਸਰ੍ਹੋਂ ਦੀ, ਪੀਲੀ ਸਰ੍ਹੋਂ ਜਿਹੜੀ ਆ 6000 ਤੋਂ ਲੱਗ ਕੇ 6850 ਤੱਕ ਜਿਹੜੀ ਆ ਉਹ ਮੰਡੀ ਦੇ ਅੰਦਰ ਖਾਣ ਵਾਲੀ ਪੀਲੀ ਸਰ੍ਹੋਂ ਸੇਲ ਹੋਈ ਆ, ਇਸ ਮੰਡੀ ਦੇ ਅੰਦਰ ਪਹੁੰਚੀ ਹੋਈ ਆ ਜਿਨਸਾਂ ਔਰ ਰੇਟ। ਬਾਕੀ ਦੋਸਤਾਂ ਨੂੰ ਰਿਕੁਐਸਟ ਕਰਾਂਗੇ ਕਿ ਜਦੋਂ ਨਵੀਂ ਮੱਕੀ ਜਿਹੜੀ ਤੁਸੀਂ ਲੈ ਕੇ ਆਉਂਦੇ ਆ ਕੋਸ਼ਿਸ਼ ਕਰਿਆ ਕਰੋ ਇਹਨੂੰ ਸੁਕਾ ਕੇ ਲੈ ਕੇ ਆਇਆ ਕਰੋ,
ਕੋਸ਼ਿਸ਼ ਕਰੋ ਕਿ ਮੱਕੀ ਜਿਹੜੀ ਉੱਤੇ ਜਿਹੜੇ ਲੇਕਿਨ ਲੋਕਾਂ ਨੇ ਸਿੱਟਣੀ ਆ ਅਤੇ ਜਿਹੜੇ ਲੋਕਾਂ ਨੇ ਨਹੀਂ ਸੈਲ ਵਾਸਤੇ ਦੇਣੀ ਉਹਨੂੰ ਪਕਾਓ ਪੂਰਾ ਟਾਈਮ ਦਿਓ ਤਾਂ ਕਿ ਉਹਦਾ ਰੰਗ ਜਿਹੜਾ ਵਾ ਉਹ ਬਿਹਤਰ ਹੋਵੇ, ਲਾਲ ਰੰਗ ਹੋਵੇ, ਸੁਰਖ ਰਵੇ। ਬਾਕੀ ਅਗਰ ਅਸੀਂ ਕੱਚੀ ਉਡਾ ਕੇ ਲਾਵਾਂਗੇ ਇੱਕ ਤਾਂ ਦਾਣਾ ਮੋਇਸਚਰ ਉਹਦਾ ਕੰਮ ਜਿਹੜਾ ਪਿਚਕ ਜਾਂਦਾ ਵਾ, ਬਾਕੀ ਉਹਦੀ ਕੁਆਲਿਟੀ ਜਿਹੜੀ ਆ ਉਹ ਸ਼ਾਈਨਿੰਗ ਨਹੀਂ ਰਹੇਗੀ ਹੈਗੀ। ਦੋਸਤਾਂ ਨੂੰ ਇਹ ਅਸੀਂ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਅਗਰ ਬਹਾਰੀ ਮੱਕੀ ਤੁਸੀਂ ਲੈ ਕੇ ਆਉਂਦੇ ਹੋ ਸੁਕਾ ਕੇ ਔਰ ਪਕਾ ਕੇ ਲੈ ਕੇ ਆਓ। ਇਸ ਸੇ ਅੱਜ ਦੀ ਵੀਡੀਓ, ਇਨਸ਼ਾਅੱਲਾ ਕੱਲ੍ਹ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਸ਼ੁਕਰੀਆ, ਅੱਲਾਹ ਹਾਫਿਜ਼।